ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੁਧਿਆਣਾ ਰਨਰਸ ਦੇ ਵੱਲੋਂ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਤੇ ਜਿਸ ਸੰਬੰਧਿਤ ਸਰਾਭਾ ਨਗਰ ਦੇ ਵਿੱਚ ਇੱਕ ਪ੍ਰੈਸ ਵਾਰਤਾ ਵੀ ਕਰਵਾਈ ਗਈ ਤੇ ਜਿਸ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਲੁਧਿਆਣਾ ਰਨਰਸ ਦੇ ਪ੍ਰਧਾਨ ਪਿਊਸ਼ ਚੋਪੜਾ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਪਹਿਲੀ ਵਾਰ ਇਸ ਪੱਧਰ ਤੇ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਰਜਿਸਟਰ ਕਰਵਾ ਚੁੱਕੇ ਲੋਕਾਂ ਤੋਂ ਇਲਾਵਾ ਉਹ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਉਹ ਇਸ ਮੈਰਾਥਨ ਨੂੰ ਆ ਕੇ ਦੇਖਣ ਤੇ ਅਗਲੇ ਸਾਲ ਹੋਣ ਵਾਲੇ ਇਸ ਮੈਰਾਥਨ ਦੌੜ ਦੇ ਵਿੱਚ ਹਿੱਸਾ ਲੈਣ ਤੇ ਉਹਨਾਂ ਨੇ ਦੱਸਿਆ ਪੀਏਯੂ ਦੇ ਵਿੱਚ 10 ਕਿਲੋਮੀਟਰ 5 ਕਿਲੋਮੀਟਰ ਤੇ 3 ਕਿਲੋਮੀਟਰ ਦੀ ਇਹ ਮੈਰਾਥਨ ਰੇਸ ਜਿਹੜੀ ਆ ਹੋਵੇਗੀ ਤੇ ਜੋ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ ਤੇ ਇਸ ਦੌੜ ਦੇ ਵਿੱਚ 1500 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਅਸੀਂ ਅੱਜ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਸੀ ਉਹ ਰਿਗਾਰਡਿੰਗ ਸਾਡਾ ਇੱਕ ਇਵੈਂਟ ਹੋ ਰਿਹਾ 13 ਤਰੀਕ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ, ਜਿਹੜੀ ਕਿ ਇੱਕ ਰਨਿੰਗ ਇਵੈਂਟ ਹੈ। ਬੇਸਿਕਲੀ 10 ਕਿਲੋਮੀਟਰ 5 ਕਿਲੋਮੀਟਰ 3 ਕਿਲੋਮੀਟਰ ਦੀ ਕੈਟਾਗਰੀ 'ਚ ਇਵੈਂਟ ਹੋ ਰਿਹਾ ਉਹ, ਔਰ ਲੁਧਿਆਣਾ ਮਤਲਬ ਪੰਜਾਬ ਦੇ ਡਿਫਰੈਂਟ ਡਿਫਰੈਂਟ ਸਿਟੀਜ਼ ਤੋਂ ਇਨਕਲੂਡਿਡ, ਮਤਲਬ ਥੋੜ੍ਹੇ ਸਟੇਟਸ ਬਾਹਰੋਂ ਸਟੇਟਸ ਤੋਂ ਲੋਕ ਆ ਰਹੇ ਨੇ, ਜੰਮੂ ਹੋ ਗਿਆ, ਹਿਮਾਚਲ ਹੋ ਗਿਆ, ਦਿੱਲੀ ਹੋ ਗਿਆ। 1200 ਤੋਂ 1300 ਬੰਦੇ ਦੀ ਗੈਦਰਿੰਗ ਆ ਉੱਥੇ, ਅਤੇ ਅਸੀਂ ਇੱਕ ਇਹ ਜਿਹੜਾ ਈਵੈਂਟ ਅਸੀਂ ਸਪੈਸ਼ਲੀ ਪਲਾਨ ਕੀਤਾ ਸੀ, ਇਹ ਕਾਈਂਡਨੈਸ ਡੇ 'ਤੇ ਪਲਾਨ ਕੀਤਾ ਸੀ ਤਾਂ ਕਿ ਅਸੀਂ ਸਮਾਜ ਨੂੰ ਮੈਸੇਜ ਦੇ ਸਕੀਏ ਕਿ ਬੀ ਕਾਈਂਡ ਵੈਨ ਐਵਰ ਪੋਸੀਬਲ। ਇਹ ਸਾਡੀ ਹੈਸ਼ਟੈਗ ਜਾਂ ਕਹਿ ਲਓ ਟਾਈਗਲਾਈਨ ਹੈਗੀ ਹੈ ਕਿ ਸਮਾਜ ਲਈ ਜਿੰਨਾ ਆਪਾਂ ਕਾਈਂਡਨੈਸ ਕਾਈਂਡ ਕਰ ਸਕੀਏ ਉਹ ਅਸੀਂ ਕਰੀਏ। ਅਤੇ ਇਹ ਈਵੈਂਟ ਹੈਲਥ ਨੂੰ ਲੈ ਕੇ, ਹੈਲਥ ਨੂੰ ਪ੍ਰਮੋਟ ਕਰ ਰਹੇ ਹਾਂ ਅਸੀਂ, ਅਤੇ ਇਹਦੇ ਵਿੱਚ ਅਸੀਂ ਈਵੈਂਟ ਰਨਿੰਗ ਰਨਰਸ ਨੂੰ ਜਿਹੜਾ ਹੈ ਕਿੰਨੀ ਉਮਰ ਦੇ ਜਿਹੜੇ ਇਹਦੇ ਬੰਦੇ ਸਰ 7 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਪਾਰਟੀਸਪੇਟ ਆ ਚੁੱਕੇ ਸਾਡੇ ਕੋਲ। 7-8 ਸਾਲ ਦੇ ਬੱਚੇ 2-3 ਕਿਲੋਮੀਟਰ ਵਾਕ ਕਰਨਗੇ, ਉਹਨਾਂ ਵਾਸਤੇ ਅਸੀਂ ਫਨ ਰਨ ਰੱਖਿਆ 3 ਕਿਲੋਮੀਟਰ ਦੀ ਕੈਟਾਗਰੀ, 5 ਤੇ 10 ਜਿਹੜਾ ਉਹ ਟਾਈਮ ਚਿੱਪ ਆ। ਲੁਧਿਆਣਾ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵੀ ਲੁਧਿਆਣਾ ਵਾਸੀ ਨੂੰ ਇਹ ਮੈਸੇਜ ਦੇ ਦਿੰਦਾ ਚਾਹੁੰਦਾ ਕਿ ਦੌੜਨਾ ਇੱਕ ਸਭ ਤੋਂ ਸਸਤਾ ਕੰਮ ਹੈ, ਕਿ ਦੌੜਨ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਫੀਸ ਨਹੀਂ ਦੇਣੀ ਪੈਂਦੀ, ਤੁਸੀਂ ਆਪਣਾ ਨੈਚੁਰਲ ਇੱਕ ਤੁਹਾਡੇ ਇਨਬਿਲਟ ਹੁੰਦੀ ਹੈ ਇਹ ਚੀਜ਼, ਅਤੇ ਦੌੜੋ, ਸਵਸਥ ਰਹੋ ਅਤੇ ਲੁਧਿਆਣੇ ਨੂੰ ਵੀ ਸਵਸਥ ਰੱਖੋ। ਇਹ ਦੌੜ ਸਾਡੀ 2nd ਸੀਜ਼ਨ ਆ, ਅਸੀਂ ਪਹਿਲਾਂ ਵੀ ਕਰਾਇਆ ਸੀਗਾ, ਡਿਊ ਟੂ ਕੋਵਿਡ ਅਸੀਂ ਨਹੀਂ ਕਰਾ ਸਕੇ ਹੈਗੇ, ਹੁਣ ਅਸੀਂ ਇਹ 2nd ਇਵੈਂਟ ਲੈ ਕੇ ਆਏ ਹਾਂ। ਸਾਡਾ ਮੇਨ ਮਕਸਦ ਇਹੀ ਆ ਕਿ ਲੋਕਾਂ ਨੂੰ ਸਵਸਥ ਰੱਖਣ ਵਾਸਤੇ। ਇਹ PAU ਦੇ ਕੈਂਪਸ ਦੇ ਅੰਦਰ ਹੋ ਰਹੀ ਹੈ, ਇਹ ਸਾਰਿਆਂ ਨਾਲੋਂ ਵੱਡਾ ਇਹਦਾ ਬੈਨੀਫਿਟ ਆ, ਕਿਉਂਕਿ PAU ਦਾ ਜਿਹੜਾ ਕੈਂਪਸ ਹੈਗਾ ਉਹਦੇ ਅੰਦਰ ਨਾ ਤਾਂ ਟ੍ਰੈਫਿਕ ਹੁੰਦੀ ਹੈ ਔਰ ਪੂਰੀ ਗ੍ਰੀਨਰੀ ਹੁੰਦੀ ਹੈ, ਇਨਵਾਇਰਮੈਂਟ ਬਹੁਤ ਵਧੀਆ ਹੁੰਦਾ ਵਾ, ਕੋਈ ਪੋਲਿਊਸ਼ਨ ਨਹੀਂ ਹੁੰਦੀ ਹੈਗੀ। ਬਾਕੀ ਲੋਕਾਂ ਨੂੰ ਇਹ ਜਿਹੜਾ ਰਨ ਕਰਨਾ ਵਾ ਇਹ ਬੜਾ ਸਿੰਪਲ ਔਰ ਸੌਖਾ ਤਰੀਕਾ ਵਾ ਹਰ ਬੰਦੇ ਵਾਸਤੇ, ਇੱਕ ਸ਼ੂਜ਼ ਹਰ ਬੰਦੇ ਕੋਲ ਹੁੰਦੇ ਉਹ ਲੈ ਕੇ ਸਿਰ ਉੱਠ ਕੇ ਦੌੜ ਸਕਦਾ ਵਾ। ਕਿੰਨੇ ਕੁ ਲੋਕ ਇਹਦੇ 'ਚ ਪਾਰਟੀਸਪੇਟ ਕਰ ਰਹੇ ਆ ਅਤੇ ਕਿੰਨੀ ਕੁ ਜਿਹੜੇ ਕਿੰਨੇ ਕਿਲੋਮੀਟਰ ਜਿਹੜੀ ਤੁਸੀਂ ਆ ਰਨਿੰਗ ਕੀਤੀ ਹੈ? 1200 ਤੋਂ 1300 ਬੰਦਾ ਦੌੜ ਰਿਹਾ ਇਹਦੇ ਵਿੱਚ, ਜਿਹਦੇ 'ਚ ਬੱਚੇ ਤੋਂ ਲੈ ਕੇ ਬੁੜਿਆਂ ਤੱਕ ਦੌੜ ਰਹੇ ਨੇ। ਔਰ ਇਹ ਜਿਹੜਾ ਜਦੋਂ ਇੱਕ ਬਜ਼ੁਰਗ ਦੌੜਦਾ ਵਾ ਤਾਂ ਉਹ ਹਰ ਇੱਕ ਯੰਗ ਬੰਦੇ ਵਾਸਤੇ ਵੀ ਇੱਕ ਇੰਸਪੀਰੇਸ਼ਨ ਹੁੰਦੇ ਨੇ। ਮੈਂ ਖੁਦ ਰਨਰ ਹਾਂ, ਇੱਕ ਅਥਲੀਟ ਹਾਂ, ਅਤੇ ਮੈਂ ਤਕਰੀਬਨ ਪਿਛਲੇ 43 ਸਾਲ ਤੋਂ ਦੌੜ ਰਿਹਾ ਹਾਂ। ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ।